होता बाथरूम में। थोड़ा पीछे होके बना। सत श्री अकाल जी, आज पिंड बजवाड़ा बड़ा बजवाड़ा ही है। ये नाल किसे दा प्लाट सीगा कोठी वाले दा। इन्हां दा गटर सी इहदे विच दो दामन डिगे पे आ जिहनूं रैड स्नेक कहिंदे आ। काफ़ी बिग साइज दे आ, काफ़ी दिनां ते गिरे पे आ। इह सोचदे सी कि शायद आपे निकल जाऊंगे, पर जिदा का हैगा वा इच्चों इन्ने इच्चों निकल नहीं होया ना कोई। तो अज इन्होंने दसिया तो अज इन रेस्क्यू करना आए हैं। चलो आ जाओ इन क्ढीए, हम तुम दिखाइए। डब्बा इधर ही खोलो क्या? इधर उधर छोड़ दो प्लीज। तुसी कानू को भरा हुआ जी? बड़ा पीछे लो, पीछे लो। एक जना नीचे आऊंगे, आइए पाजी। पवन इतों रोक के ढक्कन खोली सकते हैं तुम। ये अपने फीमेल आ, मेल हजे बिच ही है। चलो इन रेस्क्यू करके बाद दूजा कर दें। चलो आज दूसरा हूँ रेस्क्यू करिए। बैठ गया फिर थले पता कि डंडे थले से डंडे आने पै गया उन्हों नहीं। इत ही भाजी वो मूंह किया था खुंजे वालू मार भाजी खुंजे वाला हारे 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 खुंजे
ਮਾੜਾ ਮਾੜਾ ਹੀ ਦੀਦਾ ਪਾਣੀ ਚ ਵੀਡੀਓ ਬਣਾ ਕੇ ਦੇ ਹਾਂ फड़ इतरा के पहला ਉਹ ਨਿਕਲ ਗਿਆ ਨਾ ਪਾਣੀ 'ਚ ਹੁਣ ਨੱਠਣ ਨੂੰ ਕਾਲਾ ਇਹ ਬਾਹਰਾ ਵੀ ਦੇਖਿਆ ਦਵਾ ਇਹਨੂੰ ਮੋਟੇ ਮੋਟੇ ਕੁੜੀ ਆ ਫਿਰ ਤੂੰ ਕੱਲ੍ਹ ਪਰਸੋਂ ਕੁੜੀ ਸੀ ਉਹਨੂੰ ਵੀ ਪਤਾ ਲੱਗ ਗਿਆ ਭੂਕ ਨਹੀਂ ਆ ਉਹਨੂੰ ਪਤਾ ਲੱਗ ਗਿਆ ਨਾ ਵੇ ਹੁਣ ਤਾਂ ਫੜ ਹੀ ਲਿਆ ਹੁਣ ਘੰਟਾ ਚਲਾ ਗਏ ਜੋਰ ਲਵਾਉਂਦਾ ਪੂਰਾ ਬੰਦੇ ਦਾ ਚੱਲ ਨਹੀਂ ਨਹੀਂ ਏਦਾਂ ਨਹੀਂ ਕੁਛ ਦੇਖ ਲਾ ਕੱਪੜਾ ਦੇ ਧਾਗਾ ਦੇਖ ਲੋ ਬੜੀ ਜੱਦੀ ਜੀ ਉਹਦੇ ਤੇ ਨਾਲ ਫੜਿਆ ਨੂੰ ਕਾਫੀ ਗਰਮੀ ਤੁਹਾਨੂੰ ਹਾਲ ਦਿਖ ਰਿਹਾ ਹੋਣਾ ਮੈਂ ਸਤਿ ਸ਼੍ਰੀ ਅਕਾਲ ਜੀ ਅੱਜ ਦੋ ਸਨੇਕ ਰੈਸਕਿਊ ਕੀਤੇ ਸੀ ਮੇਲ ਫੀਮੇਲ ਇਹ ਕਿਸੇ ਦੇ ਘਰ ਗਟਰ ਦੇ ਵਿੱਚ ਸੀਗੇ ਇਹ ਚਾਰ ਪੰਜ ਦਿਨ ਤੋਂ ਗਿਰੇ ਪਏ ਸੀਗੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਨਿਕਲ ਜਾਊਂਗੇ ਪਰ ਇਹ ਦੋ ਤਿੰਨ ਦਿਨ ਦੇ ਨਿਕਲੇ ਨਹੀਂ ਅਤੇ ਉਹਨਾਂ ਨੇ ਕਾਫੀ ਦਿਨਾਂ ਬਾਅਦ ਮੈਨੂੰ 5 ਕੁ ਦਿਨਾਂ ਬਾਅਦ ਦੱਸਿਆ ਕਿ ਸਾਡੇ ਗਟਰ 'ਚ ਗਿਰੇ ਪਏ ਆ ਅਤੇ ਗਟਰ 'ਚ ਮੀਂਹ ਕਰਕੇ ਪਾਣੀ ਕਾਫੀ ਸੀਗਾ ਅਤੇ ਇਹਨਾਂ ਨੂੰ ਜਦੋਂ ਕੱਢਿਆ ਪਹਿਲਾਂ ਫੀਮੇਲ ਨੂੰ ਕੱਢਿਆ ਸੀ ਉਸ ਟਾਈਮ ਠੀਕ ਸੀਗੀ ਬਾਹਰ ਧੁੱਪ ਲੱਗਣ ਕਰਕੇ ਇਹਨੇ ਆਪਣੇ ਪ੍ਰਾਣ ਤਿਆਗ ਤੇ ਅਤੇ ਇਹਨੂੰ ਹੁਣ ਜੰਗਲ 'ਚ ਆਏ ਪਏ ਹਾਂ ਛੱਡਣ ਇਹ ਫੀਮੇਲ ਸੀਗੀ ਅਤੇ ਇਹ ਮੇਲ ਕਰੋ ਭਾਅ ਜੀ ਇਹਨੂੰ ਫੜ ਕੇ ਵਾਪਸ ਆ ਗਿਆ ਜੇ ਨਾ ਕਿਸੇ ਦੇ ਵੀ ਕੋਈ ਘਰ ਕਿਸੇ ਦੇ ਜੇ ਪਹਿਲੇ ਹੀ ਦੱਸ ਦਿੰਦੇ ਸਾਨੂੰ ਤਾਂ ਇੰਨੇ ਵੱਜ ਜਾਣਾ ਸੀਗਾ ਇੰਨਾ ਉਹ ਨਹੀਂ ਹੋਣਾ ਸੀਗਾ ਕਈ ਜਣੇ ਦੇਖਦੇ ਆ ਕਿ ਇੱਦਾਂ ਦਾ ਕਰਕੇ ਆਪੇ ਨਿਕਲ ਜਾਣੇ ਆ ਪਰ ਉਹਨਾਂ ਨੂੰ ਆਪ ਵੀ ਚਾਹੀਦਾ ਸੀ ਥੋੜ੍ਹਾ ਕਿ ਕਿਸੇ ਚੀਜ਼ ਦੇ ਨਾਲ ਜਾਂ ਇਹਨਾਂ ਨੂੰ ਬਾਹਰ ਕੱਢ ਦਿੰਦੇ ਜਾਂ ਕੁਛ ਕਰਦੇ ਉਹ ਵੀ ਹੱਥ ਧੱਕ ਕੇ ਬੈਠੇ ਰਹੇ
ਤਾਂ ਕਾਫੀ ਦਿਨਾਂ ਬਾਅਦ ਉਹਨਾਂ ਨੇ 5-6 ਦਿਨਾਂ ਬਾਅਦ ਜਾ ਕੇ ਦੱਸਿਆ।